Welcome back and subscribe to your own YouTube channel, Professor K. Pushpinder Singh, a tutor who learns. Vaheguru Ji ka khalsa, Vaheguru Ji ki fateh. Bohut bohut hi khas news information for the students who are appearing for their exit exams. Punjab University ne release ki tiya Bachelor of Education, B.Ed, 4th semester, the regular te reappear wale students di date sheet jide paper hone ne September te October mahine de vich. Exam code jada ya A hai ga ya B.Ed da 1103 A B.Ed de lehi exam code hai B.Ed da. The theory examinations ne time of examination jada ya 9 to 11 vajay de vich hooga. Paav 8:50 de tuhanu tuhada question paper mil juga te 9 vajay to 11 vajay de vich 2 ghante ch tusi eh paper jada ya oh complete karna hunda ya. ਤੇ ਹੁਣ ਆਓ ਆਪਾਂ ਗੱਲ ਕਰਦੇ ਹਾਂ ਇਹ ਇਸ ਡੇਟ ਸ਼ੀਟ ਦੀ. ਡੇਟ ਸ਼ੀਟ ਜਿਹੜੀ ਹੈ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੈ. ਇਹਨਾਂ ਨੇ ਨਵੇਂ ਸਿਲੇਬਸ ਅਤੇ ਓਲਡ ਸਿਲੇਬਸ ਦੋਨਾਂ ਨੂੰ ਪਾਇਆ ਹੈ ਅਤੇ ਦੋਨਾਂ ਦੇ ਕੋਡ ਵੀ ਲਿਖੇ ਨੇ. ਆਪਣਾ ਜਿਹੜਾ ਰੀਜਨ ਹੈ, ਖਾਸ ਕਰਕੇ ਜਿਹੜੇ ਪੰਜਾਬ ਦੇ ਕੋਲਜਿਸ ਨੇ ਉਹਨਾਂ ਦੇ ਵਿੱਚ ਨਵਾਂ ਸਿਲੇਬਸ ਹੀ ਪੜ੍ਹਾਇਆ ਜਾ ਰਿਹਾ ਹੈ. ਓਲਡ ਸਿਲੇਬਸ ਜਿਹੜਾ ਉਹ ਰੀਅਪੀਅਰ ਦੇ ਸਟੂਡੈਂਟਸ ਲਈ ਹੈ, ਜਿਨ੍ਹਾਂ ਨੇ ਰੀਅਪੀਅਰ ਕਰਨਾ, ਜਿਨ੍ਹਾਂ ਦੀ ਪਹਿਲਾਂ ਕੰਪਾਰਟਮੈਂਟ ਆ ਗਈ ਸੀ ਪਿਛਲੇ ਸਾਲਾਂ ਦੇ ਵਿੱਚ, ਉਹਨਾਂ ਦੇ ਲਈ ਹੈ. ਔਰ ਇਹ ਹੈ 2018 ਵਾਲੇ ਬੱਚਿਆਂ ਦਾ, 2019 ਅਤੇ 2020 ਵਾਲੇ ਬੱਚਿਆਂ ਦਾ ਸਿਲੇਬਸ ਜਿਹੜਾ ਉਹ ਨਿਊ ਸਿਲੇਬਸ ਹੀ ਹੈ. ਤਾਂ ਉਹ ਆਪਾਂ ਹੁਣ ਦੇਖਦੇ ਹਾਂ ਕਿ 17 ਸਪਟੈਂਬਰ ਨੂੰ, ਵੀਰਵਾਰ ਨੂੰ ਪਹਿਲਾ ਪੇਪਰ ਹੋਏਗਾ ਜੈਂਡਰ ਸਕੂਲ ਐਂਡ ਸੁਸਾਇਟੀ 4.1 ਦਾ. ਅਤੇ ਇਸੇ ਤਰ੍ਹਾਂ ਹੀ ਲਗਾਤਾਰ ਪੇਪਰ ਜਿਹੜੇ ਨੇ ਉਹ ਬੱਚਿਆਂ ਦੇ ਲਏ ਗਏ ਨੇ, ਥਰਸਡੇ, ਫਰਾਈਡੇ, ਸੈਟਰਡੇ. ਉਹ ਤੋਂ ਬਾਅਦ ਸੰਡੇ ਦੀ ਛੁੱਟੀ ਜਿਹੜੀ ਹੈ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਦੇ ਸਾਹਮਣੇ, ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਤੋਂ ਪਹਿਲਾਂ ਦਿੱਤੀ ਗਈ ਹੈ. ਉਹ ਤੋਂ ਬਾਅਦ 22, 23, 24, 25, 26 ਨੂੰ ਪੇਪਰ, ਅਤੇ ਫਿਰ 27 ਐਤਵਾਰ ਦੇ ਕਾਰਨ ਤੁਹਾਨੂੰ ਛੁੱਟੀ ਹੋਏਗੀ, ਅਤੇ 28, 29, 30 ਅਤੇ ਫਿਰ ਅਕਤੂਬਰ ਨੂੰ, 1 ਅਕਤੂਬਰ ਨੂੰ ਸਕੂਲ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਦਾ ਪੇਪਰ ਹੋਵੇਗਾ. ਤਾਂ ਇਹ ਸਾਰੀ ਡੇਟ ਸ਼ੀਟ ਜਿਹੜੀ ਹੈ ਇਹ ਰਿਲੀਜ਼ ਕਰ ਦਿੱਤੀ ਗਈ ਹੈ ਅੱਜ. ਅਤੇ ਜਿੰਨੇ ਵੀ ਪ੍ਰੈਕਟੀਕਲ ਐਗਜ਼ਾਮਸ ਨੇ ਉਹ 6 ਅਕਤੂਬਰ ਤੋਂ ਪਹਿਲਾਂ ਕੰਪਲੀਟ ਕਰਨ ਦੀਆਂ ਹਦਾਇਤਾਂ ਜਿਹੜੀਆਂ ਨੇ ਉਹ ਵੀ ਨਾਲ ਦੀ ਨਾਲ ਦਿੱਤੀਆਂ ਗਈਆਂ ਨੇ. ਐਗਜ਼ਾਮੀਨੇਸ਼ਨ ਵਿਲ ਬੀ ਔਨਲਾਈਨ ਮੋਡ ਫਰੋਮ ਓਨ ਪਲੇਸ. ਹੁਣ ਬੱਚੇ ਦੁਬਾਰਾ ਨਾ ਪੁੱਛਣ ਕਿ ਕੀ ਇਹ ਘਰੋਂ ਹੀ ਪੇਪਰ ਦੇਣੇ ਆ ਜਾਂ ਕਾਲਜ ਆਉਣਾ ਪਊਗਾ. ਤਾਂ ਤੁਸੀਂ ਆਪਣੇ ਘਰ ਵਿੱਚ ਹੀ ਪੇਪਰ ਦੇਣੇ ਨੇ. ਇਹੋ ਜਿਹੀਆਂ ਹੋਰ ਇਨਫੋਰਮੇਸ਼ਨਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ. ਤਦ ਤੱਕ ਦੇ ਲਈ ਲਾਈਕ ਕਰਦੇ ਰਹੋ, ਕਮੈਂਟ ਕਰਦੇ ਰਹੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬਰਸ ਵਧਾਉਂਦੇ ਰਹੋ, ਕਿਉਂਕਿ ਪਰਿਵਾਰ ਜਿੰਨਾ ਵੱਡਾ ਹੋਏਗਾ ਉਨਾ ਹੀ ਵਧੀਆ ਹੁੰਦਾ ਆ. ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.